गाय से है साड़ी दादी जी जो 185 साल दे हो गए हैं। और कितने साल दे हो गए हो? 82 182 साल दे हो गए हैं। ते आ थोड़ा अनऑफिशियल बर्थडे वे हैं? ऑफिशियल बर्थडे तो नहीं है ना दादा आज? असली कागचा वाला बर्थडे है। असली असली 5 नवंबर। और किधर किधर ना 5 नवंबर वोट का। अच्छा सही है। और अमरीका वाली किवें लग रहा दादी तानू 82 साल का होके? कुछ अपनी जिंदगी दे सफर बारे दसो। मुश्किल भरिया जीवन खुशी दे नाल तय कीता है। अच्छा मतलब ਤੁਸੀਂ ਮੁਸ਼ਕਲਾਂ ਨੂੰ ਵੀ ਖੁਸ਼ੀ ਮੰਨ ਰਹੇ ਹੋ? ਹਾਂ ਜੋ ਜੋ ਪਰਮਾਤਮਾ ਕਰਦਾ ਠੀਕ ਹੈ। ਠੀਕ ਹੈ, ਦੁੱਖ ਵਿੱਚ ਵੀ ਸੁੱਖ ਬਣਾਈਦਾ। ਓਕੇ, ਹੋਰ ਕੋਈ ਗਿਆਨ? 82 ਸਾਲ ਦਾ ਹੋ ਗਿਆ, ਛੋਟੇ ਬੱਚਿਆਂ ਨੂੰ ਗਿਆਨ ਦੇਣਾ ਚਾਹੋਗੇ? ਹਾਂ, ਛੋਟੇ ਬੱਚੇ ਦੇ ਕਹਿੰਦੀਆਂ ਪੜ੍ਹੋ ਲਿਖੋ ਬਣੋ ਨਵਾਬ ਹੈ ਤੇ ਜ਼ਿੰਦਗੀ ਨਾ ਕਰੋ ਖਰਾਬ। ਓਕੇ, ਬੇਨਤ ਕਰੋ ਤੇ ਵੱਡੇ ਅਫਸਰ ਬਣੋ ਚੰਗੇ। ਫਿਰ ਸਾਰੇ ਵੱਡੇ ਬਣ ਜਾਣਗੇ, ਛੋਟਾ ਕੌਣ ਰਹਿ ਜਾਏਗਾ? ਛੋਟੇ ਅਸੀਂ ਚ ਰਹਿ ਗਏ। किस्मत भी मैं दूजा नो मेरे नाल एक पढ़ाती सी संस्कृत, ओनू मैं चल आप एम ए कर लीने ते लेक्चरर की पोस्ट ते हो जांगी। अच्छा साडे स्कूल चो पंजाबी ही खत्म, प्लस टू च आई कोई ना पंजाबी उन्होंने बंद कर दी, उन्हें एम ए करके तो संस्कृत लैक्चरर बनी। मैं उत्थे दी उत्थे रह गई, तू हिसाब ला ले उत्थे दी उत्थे। अपना वो तो दसो किथे दे किथे रह गए की गल? टीचर सी ते टीचर ही रह गई। हां ए ओ लैक्चरर बन गई, उन्हों मैं दसा पई उन्हों दसो मैं सरकारी टीचर सी गी। ਇਹਦੇ ਲੋਕੀ ਕਹਿਣਗੇ ਟੀਚਰ ਐਵੇਂ ਹੋਣੀ ਹੈ ਕੋਈ ਸਰਕਾਰੀ ਟੀਚਰ। ਅੱਛਾ ਸਰਕਾਰੀ ਟੀਚਰ ਹੀ ਸਾਂ, ਆਪਾਂ ਇੱਕ ਦਿਨ ਵੀ ਨਹੀਂ ਪ੍ਰਾਈਵੇਟ ਕੀਤੀ। ਹਾਂ ਮਤਲਬ ਪੀੜੀ ਤਾਂ ਪੀੜੀ ਚੱਲ ਰਿਹਾ ਹੈ। ਦਾਦੀ ਸਾਡੀ ਪਾਪਾ ਨੇ ਕੀਤੀ, ਦਾਦੀ ਸਾਡੀ ਪ੍ਰਾਈਵੇਟ ਪੰਜਾਬੀ, ਉਹ ਪ੍ਰਾਈਵੇਟ ਕਰ ਰਿਹਾ ਸਰਕਾਰੀ ਪੰਜਾਬੀ, ਪਾਪਾ ਸਰਕਾਰੀ ਫਿਜ਼ਿਕਸ, ਮੰਮੀ ਸਰਕਾਰੀ ਮੈਥ, ਤੁਸੀਂ ਆ ਸਰਕਾਰੀ ਡਾਕਟਰ। ਅੱਗੇ ਬੋਲੋ ਦਾਦੀ। ਮੈਂ ਪ੍ਰੋਸੈਸ ਵਿੱਚ ਹਾਂ, ਮੇਰੀ ਪ੍ਰੋਸੈਸਿੰਗ ਚੱਲ ਰਹੀ ਹੈ। ਇਹ ਸਰਕਾਰੀ ਡਾਕਟਰ ਟੂ ਬੀ। ਹੋਰ ਦੱਸੋ ਦਾਦੀ। ਮੈਂ ਤਾਂ ਕਿਹਾ ਤੂੰ ਵੀ ਬੜਾ ਚੰਗਾ। ਅਗਰ ਦੀ ਤੁਹਾਡੇ ਕਹਿਣ ਨਾਲ ਉਹ ਦੱਸੋ ਆਪਣੇ ਬਾਰੇ ਦੱਸੋ, ਤੁਹਾਡਾ ਬਰਥਡੇ ਤੁਸੀਂ ਆਪਣੇ ਬਾਰੇ ਦੱਸੋ, ਕੋਈ ਨਾ ਕੋਈ। ਮੈਂ ਤਾਂ ਜੋ ਬੰਨਾ ਸੀ ਬਣ ਗਈ। ਫਿਰ ਅੱਜ ਪਾਰਟੀ ਕਿੱਥੇ ਦੇ ਰਹੇ? ਇੱਛਾ ਤੇ ਬੜੀ ਹੁੰਦੀ ਨਹੀਂ ਅੱਜ ਦਾਦੀ? ਨਹੀਂ ਨਹੀਂ ਉਹ ਛੱਡੋ, ਤੁਸੀਂ ਮੈਨੂੰ ਸਵੇਰੇ ਕੀ ਕਿਹਾ? ਕੀ ਹਾਂ ਇਹ ਤੇ ਮੇਨ ਮੁੱਦਾ ਤੇ ਅੱਜ ਦਾ ਇਹ ਵੇ किन्ने ਕੋਈ ਕਿਸੇ ਦਾ ਫੋਨ ਨਾ ਆਇਆ ਵੈਲ ਤੱਕ? ਨਹੀਂ ਸਾਰਿਆਂ ਦੇ ਆ ਗਏ, ਮਤਲਬ ਪਹਿਲਾਂ ਮੈਂ ਹੀ ਸੀ। ਤੂੰ ਕਿਹਦਾ ਪਾਣ ਲੱਗਾ ਕਿ ਪਾ ਦਾ ਮੈਂ ਦੇ? ਅੱਛਾ ਬਾਕੀ ਮੈਂ ਤੇ ਨਾ ਪਾਈ ਕਿਧਰੇ? ਸਭ ਪਏਗਾ, ਸੋਚ ਕੇ ਬੋਲੋ ਤਾਂ ਫਿਰ। ਸੋਚ ਕੇ ਬੋਲੋ, ਜੇ ਕਿਸੇ ਨੂੰ ਗਾਲਾਂ ਵੀ ਕੱਢਣੀਆਂ ਤਾਂ ਨਾਮ ਲੈ ਕੇ ਨਹੀਂ ਕੱਢਣੀਆਂ। ਨਾ ਨਾ ਗਾਲਾਂ ਕਿਉਂ ਕੱਢਣਾ? ਦਾਦੀ ਦਾ ਵੈਸੇ ਦਿਲ ਬੜਾ ਟੁੱਟਿਆ ਸੀ ਕੱਲ ਪਰਸੋਂ ਰੱਖੜੀ ਤੋਂ ਇੱਕ ਦਿਨ ਪਹਿਲਾਂ, ਬਾਕੀ ਛੱਡੋ। ਦਿਲ ਦਾਦੀ ਬੜੀ ਉਦਾਸ ਸੀਗੀ, ਜਿਹਨੂੰ ਪਤਾ ਹੈ ਕਿ ਉਹ ਸੀਗੀ ਸੀ ਹੈ ਨਾ ਦਾਦੀ? ਸਮਝਣ ਵਾਲਾ ਸਮਝ। ਦਾਦੀ ਇੰਨੇ ਉਦਾਸ ਕਿਵੇਂ ਸੀ ਤੁਸੀਂ ਉਦੋਂ? ਮੈਂ ਤੇ ਕੋਈ ਸਾ ਉਦਾਸ ਹਾਂ ਤਾਂ ਦਾਦੀ ਕਹਿ ਰਹੀ, ਮਤਲਬ ਦਾਦੀ ਉਹਨੂੰ ਵੀ ਸਾਨੂੰ ਕਹਿ ਰਹੀ ਸੀ ਜੋ ਹੋਇਆ ਚਲੋ ਚੰਗਾ ਹੋ ਗਿਆ, ਪਰ ਦੇਖ ਕੇ ਉਦਾਸ ਸੀਗੀ ਦਾਦੀ।
ਉਦਾਸੀ ਦਾ ਕੁਛ ਰੱਖੜੀ ਵਾਲੇ ਦਿਨ ਉਦਾਸ ਹੋਣਾ ਕੋਈ ਖਾਸ ਕਾਰਨ? ਓ ਰੱਖੜੀ ਵਾਲੇ ਦਿਨ ਨੀ, ਇੱਕ ਦਿਨ ਪਹਿਲਾਂ ਦੀ ਗੱਲ ਹੋ ਰਹੀ ਹੈ, ਗੱਲ ਨਾ ਪਲਟੋ, ਪੂਰੀ ਸਪੈਸੀਫਿਕ ਕਰਕੇ ਦੱਸ ਰਿਹਾ ਰੱਖੜੀ ਤੋਂ ਇੱਕ ਦਿਨ ਪਹਿਲਾਂ। ਨਹੀਂ ਇੱਕ ਦਿਨ ਪਹਿਲਾਂ ਦੀ ਰੱਖੜੀ ਤੋਂ, ਇੱਕ ਦਿਨ ਪਹਿਲਾਂ ਤੋਂ ਪਹਿਲਾਂ ਰੱਖੜੀ ਤੋਂ ਪਰਸੋਂ ਵਾਲੇ ਦਿਨ ਮੈਂ ਕਹਿ ਰਿਹਾ ਪਿਆਰ ਪਿਆਰ ਸਿਰਫ ਆਨਲਾਈਨ ਰਹਿ ਗਿਆ। ਮੈਂ ਤੈਨੂੰ ਕਹਿੰਦੀ ਹਾਂ ਕਿ ਮੈਂ ਤੇ ਮੁਸ਼ਕਿਲ ਨੂੰ ਵੀ ਖੁਸ਼ੀ ਵਿੱਚ ਬਦਲ ਦਿੰਦੀ ਹਾਂ। ਪਿਆਰ ਫੇਸਬੁੱਕ ਦੇ ਸਟੇਟਸ ਤੱਕ ਹੀ ਰਹਿ ਗਿਆ ਬਸ। ਤੂੰ ਜੋ ਕਹਿਣਾ, ਮੈਂ ਕੀ ਕਹਿਣਾ, ਸੱਚਾਈ ਹੈ ਇਹ ਗੱਲ, ਸੱਚਾਈ ਹੈ ਕਿ ਨਹੀਂ? ਕੀ ਨਹੀਂ? ਬੱਚਿਆਂ ਗਲਤੀ ਕੀਤੀ ਹੈ, ਤੁਸੀਂ ਓਹਨੂੰ ਨਕਾਰ ਰਹੇ ਹੋ। ਨਹੀਂ, ਗਲਤੀ ਕਰੇ ਵੀ ਤਾਂ ਵੀ ਧਿਆਨ ਨੀ ਦੇਈਦਾ। ਬੱਚਿਆਂ ਨੇ ਕੀਤੀ ਗਲਤੀ, ਤੁਸੀਂ ਕਰਤਾ ਮਾਫ਼। ਅਗਰ ਮਾਂ ਬਾਪ ਗਲਤੀ ਕਰਨ, ਬੱਚੇ ਮਾਫ਼ ਨਹੀਂ ਵੀ ਕਰਨ ਤਾਂ ਵੀ ਸਹੀ ਹੈ। ਝੋਲੀ ਚ ਲੈ ਕੇ ਬਹਿ ਜਾਂਦੀ ਨਾ, ਚੁੱਪ ਕਰ ਕਦੀ ਡਾਂਟ ਪਈ ਨੀ ਪੈਂਦੀ ਹੈ। ਕਹਿੰਦੇ ਤੂੰ ਡਾਂਟ ਪ੍ਰੂਫ ਡਾਂਟਦਾ, ਜਿਹਦੇ ਦਿਲ ਚ ਪਿਆਰ ਹੋਏਗਾ ਓਹਨੂੰ ਸਮਝ ਆ ਜਾਏਗਾ, ਜਿਹਦੇ ਚ ਨਹੀਂ ਹੋਏਗਾ ਉਹ ਅੱਗੇ ਅੱਗੇ ਦਬਾ ਦਬਾ ਕੇ ਵੀਡੀਓ ਦੇਖੀ ਜਾਏਗਾ। ਗੱਲ ਸਾਰੀ ਪਿਆਰ ਦੀ ਹੈ। ਠੀਕ ਹੈ, ਚਲੋ ਇੱਕ ਹੁਣ ਫਿਰ ਰਾਤੀ ਕਿੱਥੇ ਘੁਮਾ ਕੇ ਜਾ ਰਹੇ ਹੋ? ਚਲੋ ਤਿਆਰ ਹੋ ਕੇਕ ਬਣਵਾਇਆ ਤੁਹਾਡੇ ਵਾਸਤੇ ਸਪੈਸ਼ਲ। ਉਹਦੇ ਉੱਪਰ ਮੈਂ ਲਿਖਵਾਇਆ ਬਸ ਰਾਤੀ ਦੱਸਦਾ ਓਲਡ ਤਾਂ ਲਿਖਵਾਇਆ ਓਲਡੈਸਟ ਹਾਂ ਸਾਡੇ ਖਾਨਦਾਨ ਦੀ ਓਲਡੈਸਟ ਕੌਣ ਹੋਏਗਾ ਸਾਡੇ ਖਾਨਦਾਨ ਦੇ ਓਲਡੈਸਟ ਬਾਕੀ ਸਾਰੇ ਛੋਟੇ ਨੇ ਤੁਹਾਡੇ ਤੋਂ ਤੇਰੇ ਡੈਡੀ ਇਹ ਦਾਦਾ ਹੀ ਵੱਡੇ ਸਭ ਸਾਰੇ ਇੱਕ ਸੀ ਭੈਣ ਦੀ ਭੋਸੀ ਵੱਡੀ ਬਸ ਗੁੱਡੀ ਮਾਸੀ ਨੂੰ ਨਾ ਲਾਣਾ ਚਾਹੀਦਾ ਸੀ ਉਸੇ। ਗੁੱਡੀ ਮਾਸੀ ਕਹਿੰਦੀ ਮੈਂ ਆਈ ਕਹਿੰਦੀ ਮੈਂ ਤੇ ਉਹਨੀ ਪੈਰੀ ਵਾਪਸ ਚਲੀ ਗਈ ਗੁੱਡੀ ਕਹਿੰਦੀ ਆ ਵੀ ਗਈ ਜੇ ਕਹਿੰਦੀ ਉਹਨੇ ਦਰਵਾਜ਼ੇ ਨਹੀਂ ਖੋਲਿਆ। ਇਹ ਗੁੱਡੀ ਮਾਸੀ ਦੀ ਗਲਤੀ ਹੈ, ਗੁੱਡੀ ਮਾਸੀ ਨੂੰ ਨਾ ਲਾਣਾ ਚਾਹੀਦਾ ਸੀ। ਮੰਨੂ ਚਾਚੂ ਵੀ ਦੇਖਦਾ ਵੀਡੀਓ। ਥੈਂਕ ਯੂ ਬਾਏ ਬਾਏ। ਗਾਇਸ ਲਾਈਟ ਹੋ ਗਈ ਖਤਮ, ਮੈਂ ਸੈਰ ਕਰਨ ਤੋਂ ਵਾਪਸ ਆਇਆ ਸੀ।
ਆਉਂਦਾ ਆਉਂਦਾ ਦਾਦੀ ਦੇ ਬਰਥਡੇ ਦਾ ਕੇਕ ਵੀ ਲਿਆ ਆਂਟੀ ਕੋਲੋਂ ਅਤੇ ਘਰ ਜਾ ਕੇ ਦਿਖਾਉਣਾ ਕੇਕ ਇਹੋ ਜਿਹਾ ਲਾਈਟ ਆ ਨਹੀਂ ਰਹੀ ਇੱਧਰ ਲਾਈਟ ਘੱਟ ਹੈ ਚਲੋ ਮਿਲਦੇ ਆ ਘਰ ਜਾ ਕੇ ਕਿੱਧਰ ਆ ਰਹੀ ਹੈ ਸੱਪ ਕੱਢ ਲੋ ਪਹਿਲਾਂ ਅੱਠ ਸੱਪ ਸਾਰੇ ਮੈਂ ਮਾਰੇ ਨੇ ਮੈਂ ਦੇਖੋ ਜੀ ਸੱਪ ਮਾਰਨਾ ਬੰਦਾ ਸੱਪ ਮਾਰ ਧਿਆਨ ਸੇ ਦੇਖੇ ਇਸ ਦਰਿੰਦੇ ਆਦਮੀ ਕੋ ਨਹੀਂ ਮੁੱਕ ਰਹੀਆਂ ਦਾਦੀ ਦੁਬਾਰਾ ਬੈਠੋ ਹੈਪੀ ਬਰਥਡੇ ਕਿਉਂ ਵਿਚਾਰੇ ਸੱਪਾ ਦਾ ਘਰ ਉਜਾੜ ਰਹੇ ਤੁਸੀਂ ਆਂਟੀ ਦੇ ਦੋ ਸ਼ਬਦ ਬੋਲ ਦੋ ਤੁਸੀਂ ਬੋਲ ਦੋ ਵਾਰੀ ਕੇਕ ਦੇ ਬਾਰੇ ਅੱਜ ਵਾਲੇ ਦਾ ਦੱਸੋ ਰੇਜ ਵਾਲਾ ਕੇਕ ਦਾਦੀ ਕੇਕ ਕਿਹੋ ਜਿਹਾ ਬੋਲੋ ਮੰਮੀ ਕੇਕ ਚਾਚੀ ਸਾਡੀ ਬੋਲਦੀ ਨੀ ਹੈਗੀ ਚੁੱਪ ਰਹਿੰਦੀ ਚਾਚੀ ਸਾਡੀ ਸਾਡੀ ਚਾਚੀ ਦੇਖੋ ਕਿੰਨੀ ਚੁੱਪ ਰਹਿੰਦੀ ਸ਼ਾਂਤ ਚਾਚੀ ਕੀ ਕਹਿ ਰਹੀ ਆ ਮੈਂ ਬੜੀ ਸ਼ਾਂਤ ਰਹਿੰਦੀ ਆ ਮੈਂ ਬੋਲਿਆ ਕੁਛ ਇਹਦੇ ਹੁਣ ਮਤਲਬ ਸਹੇਲੀ ਦਾ ਸਾਥ ਦੇ ਰਹੀ ਆ ਓਏ ਕੇਕ ਇਹੋ ਜਿਹਾ ਇਹ ਲੱਗੇਗੀ ਥੋੜੀ ਬਾਥਰੂਮ ਬਹਿ ਕੇ ਮਰ ਗਿਆ ਉਦੋਂ ਸ਼ੀਵਰ ਉਦੋਂ ਗੈਰੀ ਚ ਸਾਰਾ ਬਾਹਰ ਆ ਗਿਆ ਪਾਣੀ ਉਹ ਛੱਡ ਕੇ ਸਾਡੇ ਪਰ ਨਿਕਲੇ ਪਰ ਆਉਂਦੇ ਪਿੰਡ ਪਹੁੰਚੇ ਨਿਰਮਾਣੇ ਜਾਣਾ ਸੀ ਇਧਰੋਂ ਦੀ ਕੈਥਲ ਵੱਲੋਂ ਬਈ ਇਧਰ ਚੱਲਿਆ ਕੰਡੇਲ ਦੇ ਮਗਰ ਨਹੀਂ ਉਦੋਂ ਚੱਲੇ ਆ ਛੇਤੀ ਪਹੁੰਚ ਜਾਵਾਂਗੇ ਹੈਂ ਉੱਥੇ ਜਾ ਕੇ ਅੱਗੇ ਜਾ ਕੇ ਉਹ ਟੁੱਟ ਗਈ ਬੈਲਟ ਟੁੱਟ ਗਈ ਕਾਰ ਦੀ ਬੱਤੀ ਆ ਗਈ ਫਿਰ ਉਹਨੂੰ ਖੋਲਿਆ ਬੈਲਟ ਬੂਟ ਉਹ ਬੈਟਰੀ ਸਾਫ਼ ਕੀਤੀ ਉਹਨੂੰ ਪਤਾ ਕਿ ਵੀ ਬੈਲਟ ਟੁੱਟ ਗਈ ਹੈ ਉਹਦੇ ਮਿਸਤਰੀ ਪੁੱਛਿਆ ਮਿਸਤਰੀ ਦੇ ਉਹ ਆ ਗਏ ਇੰਡੀਕੇਟਰ ਦੇ ਅੱਗੇ ਵੀ ਲਾਈਟ ਆ ਗਈ ਹੈ ਕਹਿੰਦਾ ਕਾਹਦੀ ਮੈਂ ਬੈਟਰੀ ਦੀ
ਆਂਦਾ ਭੱਜ ਲੈ ਮਿਸਰੀ ਵਾਲੀ ਤੇ ਗੱਡੀ ਤੇ ਇੱਥੇ ਗੱਡੀ ਹੋਣੀ ਹੈ ਭੱਜੇ ਵੀ ਨਾ ਫੇ ਭੱਜੇ ਵੀ ਨਾ ਹੋਰ ਬੱਤੀਆਂ ਦਾ ਵੀ ਬੱਤੀ ਹੋ ਗਈ ਫੇਰ ਉਸ ਕੇ ਬਸ ਚੜ ਦੋ ਕੇ ਕਾਰ ਵਾਲੇ ਮਾਰ ਕੇ ਅਲਟਰਨੇਟਰ ਦੀ ਬੈਲਟ ਟੁੱਟੀ ਫੇਰ ਅਲਟਰਨੇਟਰ ਦੀ ਬੈਲਟ ਟੁੱਟੀ ਫੇਰ ਉਹ ਪੁਆਈ ਸਾਡੇ ਸਾਡੇ 500 ਰੁਪਏ ਦੀ ਬੈਲਟ ਪੁਆਈ 150 ਰੁਪਏ ਲੇਬਰ ਦਿੱਤੀ ਫੇਰ ਸਾਡੇ ਟਾਈਮ ਲੱਗੇ 2 ਘੰਟੇ ਸਿਰਫ 2 ਵਜੇ ਸੀ ਹਰੋ 2 ਘੰਟੇ ਬਜੇ ਇਹ ਕਹਿੰਦੀ ਵਾਪਸ ਚਲੋ ਜੀ ਮੈਂ ਜਾਇਆ ਮੈਂ ਕਹਿੰਦੀ ਨਹੀਂ ਪਹੁੰਚੇ ਮੈਂ ਆਵੇਂ 140 ਤੇ ਗਏ ਅਸੀਂ ਫੇਰ ਪਹੁੰਚ ਗਏ 10 ਮਿੰਟ ਪਹਿਲਾਂ ਪਹੁੰਚੇ ਫੇਰ ਮਾਲਾ ਪਹੁੰਚ ਗਏ ਅੰਦਰ ਬੜੇ ਪਏ ਕਹਿੰਦਾ ਬਾਹਰ ਜਾ ਮੈਂ ਕਿਉਂ ਕਹਿੰਦਾ ਪਟਕਾ ਕੋਈ ਹੋਰ ਬੰਨੇ ਤੁਸੀਂ ਮੈਂ ਭੈਣ ਜੇ ਇਹਦੇ ਪਟਕਾ ਕੋਈ ਹੋਰ ਬੰਨੇ ਆਧਾਰ ਕਾਰਡ ਤੇ ਮਾਨ ਨਹੀਂ ਸੀ ਕਰ ਰੰਦਾ ਪਤਾ ਕੀ ਮੇਰੇ ਸਾਹਮਣੇ ਰੰਜਿਸ਼ ਕੱਢੀ ਉਹਨੇ ਇਹਨੂੰ ਸਵੇਰੇ 10 ਵਜੇ ਫੋਨ ਕੀਤਾ ਜੇ ਅਸੀਂ ਵਿਹਲੇ ਬੈਠਣਾ ਛੇਤੀ ਆ ਜਾਓ ਉਹਨੂੰ ਕੀ ਪਤਾ ਸੀ ਜਦੋਂ ਕੀ ਆ ਟਾਈਮ ਸੀ ਭਾਈ ਟੀ ਦਾ ਟਾਈਮ ਸੀ 25 ਦੀ ਐਂਟਰੀ ਦਿੱਤੀ ਅਸੀਂ 25 ਰਹੀ ਗੱਡੀ ਜੋ ਉਤਰੇ ਆ 30 ਦਾ ਟਾਈਮ ਸੀ ਭੱਜ ਜਾ ਗਏ ਕਹਿੰਦਾ ਉਹ 1 ਸਾਲ ਦੀ 1 ਸਾਲ ਦਾ ਦਿਨ ਹਾਂ ਉਹਦੇ 1 ਸਾਲ ਦੇ ਤਿੰਨ ਡੇਟਾਂ ਆ 1 ਸਾਲ ਆਧਾਰ ਕਾਰਡ ਤੇ ਪੜਨਾ ਸੀ ਪਾਸਪੋਰਟ ਤੇ ਪੱਗ ਸੀ ਤਾਂ ਕਰਕੇ ਕਹਿੰਦਾ ਵਾਪਸ ਜਾਓ ਓਕੇ ਉਹ ਕਹਿੰਦੇ ਆਧਾਰ ਕਾਰਡ ਦੀ ਤੇ ਪਾਸਪੋਰਟ ਦੀ ਫੋਟੋ ਸੇਮ ਕਰਵਾ ਕੇ ਲਿਆਓ ਹੁਣ ਪਹਿਲਾਂ ਆਧਾਰ ਕਾਰਡ ਦੀ ਤੁਸੀਂ ਬਾਹਰ ਜਾ ਕੇ ਪੜਨਾ ਬਣ ਅਰੇ ਤੁਸੀਂ ਬਾਹਰ ਜਾ ਕੇ ਪੜਨਾ ਬਣ ਲੈਣਾ ਸੀ ਪਾਸਪੋਰਟ ਪਾਸਪੋਰਟ ਫੋਟੋ ਆਧਾਰ ਕਾਰਡ ਤੇ ਪੜਨਾ ਬਣਿਆ ਨਾ ਅਦੇ ਬਾਹਰ ਪੜਨਾ ਬਣ ਕੇ ਫੋਟੋ ਖਿਚਾ ਲੈਂਦੇ ਇੰਨੀ ਛੇਤੀ ਥੋੜੀ ਹੁੰਦਾ ਬੰਦਾ ਕੰਮ ਦੇਖੀ ਜੇ 5 ਮਿੰਟ ਕਿਹੜਾ